ਮੇਰੇ ਸਰੀਰ ਚ ਸਾਡੇ ਗੁੱਟ ਵਿੱਚ ਸ਼ਾਮਿਲ ਹੋਣਾ ਤੁਹਾਡਾ ਬਹੁਤ ਬਹੁਤ ਧੰਨਵਾਦ। ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮੇਂ ਬਦਲਦੇ ਰਹਿੰਦੇ ਨੇ, ਜਿੰਨਾ ਪਰਮਾਤਮਾ ਨੇ ਜੇ ਸਾਡੇ ਤੇ ਮਾੜਾ ਸਮਾਂ ਲਿਆਂਦਾ ਤਾਂ ਹੋ ਸਕਦਾ ਕੱਲ੍ਹ ਨੂੰ ਅਸੀਂ ਇੰਨਾ ਮਾੜਾ ਵੀ ਨਹੀਂ ਕੀਤਾ, ਰੱਬ ਦਾ ਵੀ ਸਾਡੇ 'ਤੇ ਚੰਗਾ ਸਮਾਂ ਨਾ ਹੋਵੇ, ਹੋ ਸਕਦਾ ਸਾਡਾ ਸਮਾਂ ਵੀ ਆ ਜੇ ਕਿਤੇ। ਇੱਕ ਪੁੱਤ ਗਿਆ, ਲੱਖਾਂ ਕਰੋੜਾਂ ਮੇਰੀ ਝੂਲੀ 'ਚ ਪਾ ਕੇ ਗਿਆ, ਸਾਡਾ ਦੁੱਖ ਬਣਾਉਂਦੇ ਨੇ, ਸਾਲ ਹੋ ਗਿਆ ਦੁੱਖ ਬਣਾਉਂਦਿਆਂ ਨੂੰ, ਸਾਰੀ ਦੁਨੀਆਂ ਰੋਂਦੀ ਉਹਨੂੰ ਤਾਂ ਇਕੱਲੇ ਅਸੀਂ ਨਹੀਂ ਰੋਂਦੇ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉਹਨੂੰ ਰੋਂਦੇ ਆ। ਸ਼ਿਵਜੀ ਤੁਹਾਨੂੰ ਆਪਣੇ ਤੋਂ ਖੋਣ ਦਾ ਹੱਥ ਹੈ, ਜਿੰਨਾ ਜਿਹਨਾਂ ਦਾ ਉਹਦੇ ਕਤਲ ਦੇ ਵਿੱਚ ਜਿੰਨਾ ਜਿਹਨਾਂ ਦਾ ਹੱਥ ਹੈ ਉਹਦੀ ਲੰਬੀ ਉਮਰ ਕਰੇ। ਮੈਂ ਉਹਨਾਂ ਨੂੰ ਇਹ ਨਹੀਂ ਕਹੂੰਗੀ ਵੀ ਉਹ ਮਰਨਾ, ਉਹਨਾਂ ਦੀ ਲੰਬੀ ਉਮਰ ਕਰੇ ਤੇ ਉਹ ਇੱਥੇ ਭੁਗਤਣ ਸਾਰਾ ਕੁਛ ਦੇਖ ਕੇ ਜਾਣ। ਸਾਰਿਆਂ ਨੂੰ ਐਂ ਹੋਊਗਾ ਵੀ ਚੱਲ ਸਾਡਾ ਰਸਤਾ ਸਾਫ਼ ਹੋ ਗਿਆ, ਪਰ ਨਹੀਂ, ਉਹ ਜਿਵੇਂ ਸ਼ੁਰੂ 'ਚ ਹੀ ਸੀਗਾ ਉਹ ਹੁਣ ਵੀ ਫਰਕ ਹੀ ਬਹੁਤ ਵੱਡਾ ਹੋ ਰਿਹਾ। ਇਹਨਾਂ ਦੇ ਦਿਮਾਗ 'ਚ ਇਹ ਸੀ ਵੀ ਖੰਨੀ ਸ਼ੁਭ ਨੂੰ ਖਤਮ ਕਰਕੇ ਅਸੀਂ ਆਪਦਾ ਜਿਹੜਾ ਉਹਦਾ ਰਸਤਾ ਹੈਗਾ ਸਾਫ਼ ਹੋ ਜਾਊਗਾ ਸਾਡਾ। ਪਰ ਖੁਸ਼ੀ ਵੀ ਹੁੰਦੀ ਆ, ਮਾਣ ਵੀ ਆਉਂਦਾ ਹੈ ਉਹਦੇ 'ਤੇ ਵੀ ਨਹੀਂ ਪੁੱਤ ਤੈਨੂੰ ਮਾਰ ਕੇ ਵੀ ਮਾਰ ਸਕੇ ਲੋਕ। ਹੁਣ ਕਿਸੇ ਦੇ ਆਉਂਦਾ ਰਾਜੀ ਇੰਨੀ ਗਰਮੀ ਦੇ ਵਿੱਚ ਰਿਸ਼ਤੇਦਾਰੀ 'ਚ ਨਹੀਂ ਜਾਇਆ ਜਾਂਦਾ, ਪਰ ਤੁਸੀਂ ਤੁਹਾਨੂੰ ਦਿਲੋਂ ਹਮਦਰਦੀ ਹੈ ਸਾਡੇ ਨਾਲ ਕਿ ਤੁਸੀਂ ਸਾਡੇ ਦੁੱਖ ਵਿੱਚ ਸ਼ਾਮਿਲ ਹੋਣੇ, ਸਾਡਾ ਦੁੱਖ ਘਟਦਾ। ਅਕਾਲ ਪੁਰਖ ਵਾਹਿਗੁਰੂ ਨੂੰ ਇਹ ਵੀ ਅਰਦਾਸ ਹੈ, ਜਿੰਨੇ ਵੀ ਮੇਰੇ ਬੱਚੇ ਬੱਚੀਆਂ ਭੈਣ ਭਰਾ ਪਾਠ ਕਰਦੇ ਹੋ ਗੁਰਦੁਆਰਾ ਸਾਹਿਬ ਜਾਂਦੇ, ਸ਼ੁਭ ਦੇ ਇਨਸਾਫ਼ ਲਈ ਇੱਕ ਅਰਦਾਸ ਜ਼ਰੂਰ ਕਰਿਆ ਕਰੋ। ਬਸ ਮੈਂ ਇਹੀ ਕਹੂੰਗੀ ਵੀ ਉਹ ਅਕਾਲ ਪੁਰਖ ਆਪਣੀ ਅਰਦਾਸ ਜ਼ਰੂਰ ਸ਼ਾਮਿਲ